अज जे हालात है जगदेव सिंह पंजाब के बड़े ही तरसमई हालात, पंजाब जड़ा हर पक्षों इनू मारिया जा रहा, लताड़िया जा रहा, ठीक है। इसकी आजादी खत्म कर दी गई, इनू गुलामी का एहसास करवा रहा। ਕਿਵੇਂ ਕਾਬਲੀਅਤ ਕੰਧਾਰ ਤੱਕ ਕਦੇ ਚੜਦਾ ਸੀ, ਤੇਰੇ ਹਰ ਪਾਸੇ ਸੀ ਚਰਚੇ ਅਣਖਾਂ ਮੜਕਾਂ ਸੀ, ਦੁਸ਼ਮਣ ਨੇ ਕੱਟ ਵੰਗਾਰਿਆ ਵੇ ਪੰਜਾਬ ਸਿਓ, ਤੈਨੂੰ ਆਪਣਿਆਂ ਨੇ ਮਾਰਿਆ ਵੇ ਪੰਜਾਬ ਸਿਓ, ਹਮੇਸ਼ਾ ਇਹਨਾਂ ਨੇ ਪੂਰਾ ਵੈਰ ਕੱਢਿਆ ਸੀ ਅਤੇ ਹੁਣ ਦੇਖੋ ਹਾਲਾਤ ਜਿਹੜੇ ਇਸ ਵੇਲੇ ਇਹੋ ਜਿਹੇ ਬਣਾ ਕੇ ਕਿ ਇਹਨਾਂ ਲੋਕਾਂ ਨੇ ਸਿੱਖੀ ਨੂੰ ਖਤਮ ਕਰ ਲਈ, ਸੱਚਾਈ ਨੂੰ ਖਤਮ ਕਰ ਲਈ, ਪੰਜਾਬ ਅਤੇ ਪੰਜਾਬੀਅਤ ਨੂੰ ਇਸ ਇਹਦੀ ਹੋਂਦ ਮਿਟਾਉਣ ਲਈ ਇਹਨਾਂ ਨੇ ਹੁਣ ਗੁਰੂ ਗ੍ਰੰਥ ਸਾਹਿਬ ਨੂੰ ਵੀ ਪੈ ਨਿਕਲੇ ਤੋਂ ਜਿਹੜਾ ਸਰਵ ਸਾਂਝੀ ਵਾਲਤਾ ਦਾ ਪ੍ਰਤੀਕ ਹੈ ਨਾ। ਕਿਵੇਂ ਜਿੰਦ ਜਾਣ ਗੁਰੂ ਗ੍ਰੰਥ ਨੂੰ ਅੱਗਾ ਲਾਉਂਦੇ ਨੇ, ਗੜੀਆ ਡਾਂਗ ਬਰਾਉਂਦੇ ਨੇ, ਕਿਵੇਂ ਜਿੰਦ ਜਾਣ ਗੁਰੂ ਗ੍ਰੰਥ ਨੂੰ ਅੱਗਾ ਲਾਉਂਦੇ ਨੇ, ਇਨਸਾਫ ਤੋਂ ਗਗੜੀਆ ਡਾਂਗ ਬਰਾਉਂਦੇ ਨੇ, ਤੈਨੂੰ ਚਾਰੇ ਪਾਸਿਓਂ ਤਾੜਿਆ ਵੇ ਪੰਜਾਬ ਸਿਓ, ਦੇਖੋ ਤੁਸੀਂ ਚਿੱਟਾ ਇੰਨਾ ਆਇਆ ਇੱਥੇ ਐਂ ਵਿਖਿਆ ਚਿੱਟਾ। ਮੈਂ ਕਹਿੰਦਾ ਵੀ ਕਈ ਵਾਰੀ ਐਸੇ ਗੱਭਰੂ ਪੁੱਤ ਮਿਲਦੇ ਆ ਬਾਈ ਜੀ ਜਿਹੜੇ ਡੇਢ ਡੇਢ ਕਰੋੜ ਦਾ ਸਾਲ ਚ ਚਿੱਟਾ ਵੇਖੀ ਗਏ। ਸ਼ਰਿਆਮ ਸਮੇਂ ਕਾ ਚਿੱਟੇ ਇੱਥੇ ਵਿਕਣ ਲੱਗੇ, ਕਿਵੇਂ ਡਾਂਗਾਂ ਵਰਗੇ ਗੱਭਰੂ ਸੱਥਰੀ ਵੇਚਣ ਲੱਗੇ, ਤੈਨੂੰ